ਇਹੀ ਪਕੜਨੀ ਮਨ ਕਰਕੇ ਜਦੋਂ ਇਹ ਪਕੜ ਕਰਦਾ ਹੈ ਨਾ ਫਿਰ ਬਹੁਤ ਨੀਚੇ ਜਾਂਦਾ। ਫਰਜ਼ ਕਰ ਲਓ ਮਨ ਕਰਕੇ ਮਾਇਆ ਨੂੰ ਫੜ ਲਿਆ, ਮਾਇਆ ਮਾੜੀ ਨਹੀਂ ਹੈ, ਇਹਦੀ ਵਰਤੋਂ ਮਾੜੀ। ਰਾਜੇ ਜਨਮ ਕੋਲ ਘੱਟ ਮਾਇਆ, ਸੋਨੇ ਦੀਆਂ ਪਾਲਕੀ ਨਹੀਂ ਚੜ੍ਹਿਆ ਫਿਰਦਾ ਸੀ, ਨਾਲੇ ਰਾਜਾ ਸੀ, ਹੀਰਾ ਜਵਾਹਰ ਤੱਕ ਤਾਂ ਉਹਦੇ ਕੋਲ ਸੀ, ਮੱਖਣ ਸ਼ਾਹ ਕੋਲ ਘੱਟ ਮਾਇਆ ਸੀ। 108 ਹੀਰਿਆਂ ਦੀ ਗੱਲ 'ਚ ਤਾਂ ਮਾਲਾ ਹੀ ਪਾਈ ਫਿਰਦਾ ਸੀ, ਇੱਕ ਇੱਕ ਹੀਰਾ ਕਿੰਨੀ ਕੀਮਤ ਰੱਖਦਾ ਹੈ। ਮਾਇਆ ਉਦੋਂ ਬਣਦੀ ਜਦੋਂ ਮਨ ਇਹਦੇ ਨਾਲ ਜੁੜ ਜਾਂਦਾ ਹੈ, ਬਸ ਫਿਰ ਲੈ ਡੁੱਬਦੀ ਹੈ। ਅੰਤਕਾਲ ਜੇ ਲਛਮੀ ਸਿਮਰੇ ਐਸੀ ਚਿੰਤਾ ਮੇਂ ਜੇ ਮਰੇ, ਸਰਬ ਜੂਨ ਵਾਲ ਵਾਲ ਔਤਰਾ ਅਰਿਭਾਈ ਗੋਬਿੰਦ ਨਾਮ ਮਤ ਵਿਸਰੈ। ਅੰਤਕਾਲ ਜੇ ਇਸਤਰੀ ਸਿਮਰੈ, ਫਿਰ ਕੀ ਹੋਣਾ, ਵਾਰ ਵਾਰ ਵੇਸਵਾ ਪੁੱਤਰ ਵੱਲ ਧਿਆਨ ਲੈ ਗਿਆ, ਵਾਰ ਵਾਰ ਸੂਰ ਮਕਾਨ ਮਾੜੇ ਤਾਂ ਨਹੀਂ ਹੈ, ਪਰ ਇਹ ਦਿਖਾਉਣ ਵਾਸਤੇ ਨਹੀਂ ਆ, ਰਹਿਣ ਵਾਸਤੇ ਹੀ ਚੰਗੇ। ਪਰ ਉਹਨਾਂ ਦੇ ਨਾਲ ਮਨ ਹੀ ਲਾ ਲਿਆ ਜਿਹੜਾ ਰੱਬ ਨਾਲ ਚਿੱਤ ਲਾਉਣਾ ਸੀ, ਮਕਾਨਾਂ ਨਾਲ ਜੋੜ ਲਿਆ। ਦੇਖੋ ਕਿੰਨਾ ਅੰਤਰਾ, ਕਿੰਨਾ ਫਰਕ ਹੈ। ਖਰੀਦਾ ਕੋਠੇ ਮੰਡਪ ਮਾੜੀ ਇੱਤ ਨਾ ਲਾਈ ਚਿੱਤ, ਨਾ ਰਹੀ ਜਾ ਕੋਈ ਗੱਲ ਨਹੀਂ ਦੇਖੀ ਜਾ, ਪਰ ਇਹਦੇ ਵਿੱਚ ਚਿੱਤ ਨਾ ਜੋੜ। ਜੇ ਚਿੱਤ ਲਾ ਲਿਆ ਇਹਨਾਂ ਨੇ ਪ੍ਰੇਤ ਬਣਾ ਲੈਣਾ ਤੈਨੂੰ। ਅੰਧਕਾਲ ਜੇ ਮੰਦਰ ਸਿਮਰ ਐਸੀ ਚਿੰਤਾ, ਜੋ ਚਿੱਤ ਵਿੱਚ ਵਸਾਵਾਂਗੇ ਵਕਤ ਖੀਰ ਉਹੀ ਸਾਹਮਣੇ ਆਉਣਾ। ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਇਆ ਆਏ। ਚਿੱਤ ਜੋੜਨਾ ਸੀ ਮਹਾਰਾਜ ਨਾਲ, ਵਾਹਿਗੁਰੂ ਨਾਲ ਜੋੜ ਲਿਆ, ਇੱਟਾਂ ਵੱਟੇ ਮਕਾਨਾਂ ਐਂ ਮਿੱਟੀ ਨਾਲ, ਇਤਨਾ ਲਾਹੀ ਚਿੱਤ ਮਿੱਟੀ ਪਈ ਅਤੋਲ ਵੀ ਕੋਈ ਨਾ ਹੋ ਸੀ ਨਿਤ। ਇਸ ਕਰਕੇ ਕਹਿੰਦੇ ਹੱਥ ਪਾਉਂ ਕਰ ਕਾਮ ਸਭ, ਚਿੱਤ ਨਿਰੰਜਨ ਨਾਲ ਅੱਧੋ ਅੱਧ ਬੋਲਿਓ ਭਾਈ। ਚੁਗਦੀ ਹੈ ਕਾਸ ਚੀਤ ਸੋ ਵਸਰਾ ਰਾਖੀਏ, ਗਾਈਂ ਦਾ ਚਿੱਤ ਵਸੇ ਵਿੱਚ ਹੈ, ਕਿਤੇ ਭੁੱਖਾ ਤਾਂ ਨਹੀਂ, ਪਿਆਸਾ ਨਹੀਂ। ਬੜੀਆਂ ਉਦਾਹਰਨਾਂ ਭਗਤ ਨਾਮਦੇਵ ਜੀ ਗੁਰਬਾਣੀ ਵਿੱਚ ਦਿੰਦੇ। ਆਪਣੇ ਆਪ ਦਾ ਪਤਾ ਹੀ ਹੁੰਦਾ ਵੀ ਆਪਣਾ ਚਿੱਤ ਕਿੱਥੇ ਕੁ ਹੈ, ਕਾਹਦੇ ਨਾਲ ਜੁੜਿਆ ਹੋਇਆ ਹੈ। ਜਿਹਦੇ ਨਾਲ ਜੁੜਿਆ ਇਹ ਜੀ ਗਤੀ ਹੋ ਜੂ, ਉਹ ਜੀ ਵਸਤਾ ਮਿਲ ਜੂ ਜਿਸ ਚੀਜ਼ ਨਾਲ ਚਿੱਤ ਹੈ। ਗੁਰੂ ਜੀ ਕਹਿੰਦੇ ਨੇ ਭਾਈ ਜਿਹੜੇ ਮੂਰਖ ਲੋਕ ਨੇ ਉਹ ਸੁਪਨੇ ਨਾਲ ਜੁੜੇ ਨੇ। ਗੁਰੂ ਜੀ ਦੱਸਦੇ ਸੁਪਨੇ ਸਿੱਧੀ ਚਿੱਤ ਮੂਰਖ ਲਾਇਆ। ਮੂਰਖ ਲੋਕਾਂ ਨੇ ਸੰਸਾਰ ਰੂਪੀ ਜ਼ਿੰਦਗੀ ਵਿੱਚ ਸੁਪਨਾ ਆ ਰਿਹਾ ਅਤੇ ਇਸ ਸੰਸਾਰ ਨਾਲ ਚਿੱਤ ਲਾਇਆ ਹੋਇਆ, ਉਹਨਾਂ ਦੀ ਗਿਣਤੀ ਹੈ ਮੂਰਖਾਂ ਵਿੱਚ। ਆਰਜਾ ਗਈ ਵਹਾਏ ਧੰਦੇ ਤਾਇਆ, ਇਸੇ ਤਰ੍ਹਾਂ ਜ਼ਿੰਦਗੀ ਸਾਰੀ ਲੰਘਦੀ ਜਾ ਰਹੀ ਹੈ, ਪੱਲੇ ਕੀ ਹੈ ਕੁਛ ਨਹੀਂ। ਚਿੱਤ ਤਾਂ ਲਾਇਆ ਸੰਸਾਰ ਨਾਲ, ਨਿਰੰਕਾਰ ਵਾਹਿਗੁਰੂ ਨਾਲ ਤਾਂ ਲਾਇਆ ਨਹੀਂ। ਸੋ ਮੱਖਣ ਸ਼ਾਹ ਕੀਰਤਨ ਤਾਂ ਕਰਦਾ ਹੈ। ਚਿੱਤ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਅੱਠੋ ਪੈਰਸ, ਸਰੀਰ ਕਰਕੇ ਸੌਂ ਜਾਂਦਾ ਹੈ ਤਾਂ ਵੀ ਚਿੱਤ ਗੁਰੂ ਮਹਾਰਾਜ ਦੇ ਚਰਨਾਂ 'ਚ। ਅੱਛਾ, ਜਿੱਧਰ ਧਿਆਨ ਰਹੇ ਜਿੱਧਰ ਚਿੱਤ ਰਹੇ ਸੁਪਨੇ ਵੀ ਇਹ ਹੀ ਆਉਂਦੇ ਨੇ। ਕੋਈ ਨਾਮ ਨਾਲ ਚਿੱਤ ਜੋੜਦਾ ਹੈ, ਜਿਸ ਭਾਵਨਾ ਨਾਲ ਗੁਰੂ ਜੀ ਨੂੰ ਯਾਦ ਕਰਦਾ ਹੈ, ਉਹ ਸੁਪਨੇ 'ਚ ਵੀ ਦਰਸ਼ਨ ਹੁੰਦੇ। ਮਨ ਮੁੱਖ ਲੋਕ ਜਿਹੜੇ ਹਨ ਉਹਨਾਂ ਸੁਪਨੇ ਵਿੱਚ ਵੀ ਸੁੱਖ, ਕਿਤੇ ਵੀ ਸੁਪਨੇ ਵੀ ਭੈੜੇ ਹੀ ਆਉਂਦੇ। ਸੋ ਇਸ ਕਰਕੇ ਸਰੀਰ ਕਰਕੇ ਆਰਾਮ ਕਰਦਾ ਹੈ, ਚਿੱਤ ਫਿਰ ਗੁਰੂ ਚਰਨਾਂ ਵਿੱਚ ਹੈ। ਇਹ ਜਿਹਾ ਵਾਹਿਗੁਰੂ ਦਾ ਸਿਮਰਨ ਵੀ ਹੋ ਰਿਹਾ, ਭਾਈ ਗੋਦਾ ਜੀਵਨ ਨੂੰ ਧਿਆਨ ਵੀ ਗੁਰੂ ਚਰਨਾਂ ਵਿੱਚ ਲੱਗਿਆ ਹੈ। ਕਈ ਵਾਰੀ ਤੁਸੀਂ ਸੁਣਿਆ ਹੋਣਾ, ਮੈਂ ਸੁਣਿਆ ਸੀ ਨਿੱਕੇ ਹੁੰਦਿਆਂ ਮਾਈਆਂ ਭਿਉਂ ਪੜਦੀਆਂ, ਲੱਗਿਆ ਰੇ ਗੁਰਾਂ ਨਾਲ ਮੇਰਾ ਚਿੱਤ ਲੱਗਿਆ ਰੇ,
ਨਹੀਂ ਆ। ਪਿੰਡ ਦੇਖਿਆ 60-61 ਜਦੋਂ ਪੰਜਾਬੀ ਸੂਬੇ ਦੀਆਂ ਗੱਲਾਂ ਚੱਲਦੀਆਂ ਸੀ, ਇਉਂ ਆਈਆਂ ਬੀਬੀਆਂ ਪੜ੍ਹਦੀਆਂ। ਇਹ ਵੀ ਇੱਕ ਸੰਗਤ ਵਿੱਚ ਅਰਦਾਸ ਹੀ ਹੈ ਨਾ, ਸ਼ਬਦਾਂ ਰਾਹੀਂ ਅਰਦਾਸ ਪ੍ਰਗਟ ਕਰਨੀ, ਭਾਵਨਾ ਕਰਕੇ ਕਰਨੀ, ਹੱਥ ਜੋੜ ਕੇ ਪ੍ਰਤੱਖ ਇਉਂ ਕਰਨੀ, ਕਈ ਇਸ ਤਰ੍ਹਾਂ ਦੇ ਤਰੀਕੇ ਹਨ। ਇਹ ਚਿੱਤ ਕਰਕੇ ਗੁਰੂ ਤੇਗ ਬਹਾਦਰ ਜੀ ਨਾਲ ਜੁੜਿਆ ਹੋਇਆ, ਦਿਨ ਰਾਤ ਦੀ ਬਾਂਦਾ ਹੈ। ਜਿਹਨੇ ਐਂ ਸਮਝਿਆ ਜਾਏ ਗੁਰੂ ਮਹਾਰਾਜ ਦਾ ਪੂਰਨ ਗੁਰਸਿੱਖ ਹੈ, ਇਹਨੂੰ ਸਮਝਿਆ ਜਾਏ ਜਿਹੜਾ ਗੁਰਸਿੱਖ ਹੈ ਤਾਂ ਬਹੁਤ ਚੰਗਾ ਹੈ। ਸੋ ਗੁਰੂ ਜੀ ਕੁਝ ਸਮਾਜ ਸੇਵਾ ਕਰਾਈ, ਉਸ ਵੇਲੇ ਕਹਿਣ ਲੱਗੇ ਦੇਖੋ ਹੁਕਮ ਵੀ ਹੈ ਗੁਰੂ ਨਾਨਕ ਜੀ ਦਾ ਪੂਰਬ ਦਿਸ਼ਾ ਵੱਲ ਜਾਣਾ, ਬਚਨ ਹੋਏ ਹੋਏ ਨੇ। ਪਰ ਇੱਥੇ ਤਾਂ ਹੋਰ ਤਰ੍ਹਾਂ ਦਾ ਇਹਨਾਂ ਕਰ ਲਿਆ, ਅੱਛਾ ਆਉਣ ਵਾਲੇ ਸਮੇਂ 'ਚ ਫਿਰ ਆਉਣ ਨੂੰ ਤਿਆਰ ਕੀਤਾ। ਇੱਧਰ ਮਾਤਾ ਬਜ਼ੁਰਗ ਔਰ ਕਹੋ ਇਹਨਾਂ ਦੇ ਵੀਰ ਕਿਰਪਾਲ ਚੰਦ, ਉਹ ਵੀ ਨਾਲ ਹੈ, ਮਸ਼ਹੂਰ ਵੀ ਗੁਰਮੁਖ ਪਿਆਰੇ। ਗੁਰੂ ਜੀ ਕਹਿੰਦੇ ਚਲੋ ਭਾਈ, ਜਿਹੜੇ ਨਗਰ ਵਿੱਚ ਜਾਂਦੇ ਨੇ ਪਤਾ ਲੱਗ ਜਾਂਦਾ ਵੀ ਗੁਰੂ ਜੀ ਆਏ, ਗੁਰੂ ਤੇਗ ਬਹਾਦਰ ਜੀ। ਸੰਗਤਾਂ ਹੜ੍ਹ ਵਾਂਗੂ ਹੋਮ ਮਹਾਂ ਚੋਰ ਸਪੇ, ਬੜੀ ਬਖਸ਼ਿਸ਼ ਹੋ ਰਹੀ ਹੈ, ਚਰਨ ਪੌੜ ਮਿਲਦੀ ਹੈ, ਗੁਰੂ ਵਾਲੇ ਬਣਦੇ ਨੇ ਲੋਕ। ਬੜਾ ਮਨ ਵਿੱਚ ਇਹ ਹੈ ਕਿ ਵੀ ਸਾਡਾ ਗੁਰੂ ਗੁਰੂ ਨਾਨਕ ਜੋਤ, ਗੁਰੂ ਤੇਗ ਬਹਾਦਰ ਜਿਨ ਮਸਤਕ ਤੁਰਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ। ਪੂਰਾ ਗੁਰੂ ਹੋਈ ਗੁਰੂ ਨਾਨਕ ਦਾ ਘਰ, ਤਾਂ ਕੋਈ ਚੰਗੇ ਹੀ ਕਰਮ ਹੋਣ ਪਿੱਛੇ ਹੀ। ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਆਖਦੇ ਹਨ, ਸਾਧ ਸਿੰਘ ਜੀ, ਜਿਹੜਾ ਸਿੱਖਾਂ ਦੇ ਘਰ ਜਨਮ ਲੈਣਾ ਹੈ, ਜਿੰਨੇ ਬੋਰਡ ਦੇ ਪੱਤੇ ਨੇ ਇੰਨੇ ਚੰਗੇ ਕਰਮ ਹੋਣ ਤਾਂ ਸਿੱਖਾਂ ਦੇ ਘਰ ਜਨਮ ਮਿਲਦਾ ਮਿਲ ਜੂਗੇ। ਜੇ ਤੰਬਾਕੂ ਖਾਣ ਵਾਲੇ ਦੇ ਜੇ ਕਰਮ ਹੀ ਚੰਗੇ ਨਹੀਂ ਤਾਂ, ਪਾਨ ਸਫਾਰੀ ਖਾਤੀ ਆ ਮਕਲੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਜਮ ਪਕੜ ਚ ਲਾਈਆਂ। ਫਿਰ ਆਪ ਜੀ ਕਹਿਣ ਲੱਗੇ ਸਾਧ ਸੰਗਤ ਹੈ, ਜਿੰਨੀਆਂ ਬੋਰਡ ਦੀਆਂ ਉਹ ਗੁੱਲ ਆਉਂਦੀਆਂ, ਉਹ ਫਲ ਹੁੰਦਾ ਨਾ ਦਰਖਤਾਂ ਨੂੰ, ਉਹ ਗੁੱਲ ਆ ਗੁੱਲ ਆ। ਇੰਨੇ ਚੰਗੇ ਕਰਮ ਹੋਣ ਤਾਂ ਇਹ ਜਿਹੜਾ ਹੈ ਸਾਧ ਸੰਗਤ ਵਿੱਚ ਆਉਂਦਾ ਹੈ, ਚਲੋ ਗੁਰਦੁਆਰੇ ਚਲੀ, ਨਹੀਂ ਤਾਂ ਆਉਂਦਾ ਹੀ। ਫਿਰ ਆਪ ਜੀ ਕਹਿਣ ਲੱਗੇ ਸਾਧ ਸੰਗਤ, ਜਿੰਨੇ ਬੋਰਡ ਦੇ ਬੀਜ ਹੁੰਦੇ ਨੇ ਗੋਲਾਂ ਵਿੱਚ, ਇੱਕ ਕਿੰਨੇ ਕਿੰਨੇ ਹੁੰਦੇ ਖਸ ਖਸ ਦੇ ਦਾਣੇ ਜਿਹੜੇ, ਆ ਬੋਰਡ ਨੂੰ ਲੱਖਾਂ ਹੀ ਗੋਲਾਂ, ਕਰੋੜਾਂ ਹੀ ਬੀਜ, ਇੰਨੇ ਚੰਗੇ ਕਰਮ ਜਦੋਂ ਇਕੱਠੇ ਹੋ ਜਾਣ ਤਾਂ ਇੱਕ ਕਰਮ ਬਣਦਾ ਹੈ। ਉਹ ਕੀ ਬਣਦਾ ਹੈ? ਇਹ ਅਮਰ ਛਕ ਲੈਂਦਾ, ਗੁਰੂ ਵਾਲਾ ਬਣ ਜਾਂਦਾ ਹੈ, ਬਸ ਜਨਮ ਸਫਲਾ। ਤਦੇ ਹੀ ਤਾਂ ਦੱਸਿਆ ਹੈ ਨਾ
सारे ही अमृत छक लेंगे। एक कोई राजा बंदगी तपस्या करने वास्ते जंगलों में गया, कई कारण करके अंदरूनी वो अटकया होया सी। भगवान ने देखा, महाराज ने देखा, रब ने भी है, इन्ने साल हो गए राज भाग छड़ के इन्नी बेनत करता है, इन्हें समझाना चाहिए। अज सवेरे ही संगमरमर दी मूर्तियां तीन लैके महाराज राजे दे कोलों दी लंघदे हुए उत्थे रुक गए। राजा पुछदा आप कौन? कहिंदे मूर्तियां वेचण वाला। इहदा की मुल है? कहिंदे दो आने। इहदा की मुल है? कहिंदे पंज रुपये। तीसरी का की मुल है? लख रुपये। चुक के देखता वजन भी इको जहा है, संगमर भी संगमरमर लगा तिना इको जहा, देखने में शक्ल भी इको जी, रेट बिच कीमत बिच क्यों फर्क है? ये देख ले, तू राजा बड़ा पढ़िया लिखे देख ले। कहते नहीं भाई, तुम आप ही दसो। कहते फिर ये गल नहीं बननी, उठ के जरा इन्हों मूर्तियां के नेड़े आ, कहते तीला फल ये कन्न च पा दे, वो पवे ही ना। कहते यदा मुल है दो आने। जिहड़े लोगों नूं गुरु घर का उपदेश सुन के कन्न च वचन वड़दा ही नहीं, खोटे का मुल एक दगाना साध संग तो बंदे दवानी दे दे। कहते हुण तीला फिर फड़, वो कन्न च पाया तो दूजे कन्न चो लंघ गया पंज रुपये वाली। जिन्हां लोगों नूं गुरु घर का उपदेश ऐ कन्न सुनिया तो ऐ कन्ने कढ़िया, वह पंजा रुपये दे। हुण आई तीसरी मूर्ति, इको जिहा वचन इको जी शकल। महाराज कहन लगे राजन हुण इहदे कन्न च पा जिहड़ी लख रुपये की है। वह कन्न च पाया तीला ठां नूं चला गया। कहिंदे इहदा मुल ही लख रुपया। लखीणा, लखीणा हुंदा ना बाणी च लखीणा, उन्हां दा मुल ही कोई नहीं जिहड़ा गुरु घर विच उपदेश सुन के फिर वह लखीने बन जाते। नामदेव बाबू अमृत छक लेंदे ने, गुरु वाले बन जाते ने। जिन्हां दे कन्न च उपदेश जाता ही नहीं, गुरु ग्रंथ साहिब कहते बंदे दवानी दे जे, इदू उत्ते उन्हां दी कोई औकात नहीं। सो इस करके अमृत छकना अत्यंत ही जरूरी है। सच्चे तख्त रचाया विचार हो रही थी। गुरु तेग बहादुर महाराज जी तक चरण पौल रहे, थावां थावां ते संगत हम हमा के आ रही है, चरण पौल मिलती है, गुरु जी उपदेश देंदे ने। सतनाम वाहिगुरु का सिमरन करना करे तन छड़न वास्ते गुरु जी दस दें, रहतन रखने वास्ते दस दें। मेहनतों का फला हो रहा, कई नगरों च होंदे होंदे आप जी चढ़दे वालों जा रहे। अज अयोध्या आए, अयोध्या बड़ा पुराना शहर है, अयोध्या बनारस उज्जैन दिल्ली ये पुराने शहर ने पिछले युगों के। इत्थे नदी के कंडे
गुरु महाराज चौंकड़ा लाई बैठे। तीसरे दिन 48 घंटे बाद गुरु महाराज गुरु तेग बहादुर जी के नेत्र खुले, फिर कहन लगे जेड़े कृपाल चंद जी सन हूँ भाई चलना है। अर्ज की महाराज अयोध्या वासी सामा मंग रहे ने, बड़े बड़े विद्वान आप जी के चरणों में आना चाहते हैं, आप तो समाधि स्थित से कहते अच्छा आ रहे। सारे ने आके नमस्कार की, मत्था टेकया, बेनती की, गरीब महाराज इतने गुरु नानक जी आए सन, जिथे आप बराजे हो बैठे इतें गुरु नानक जी चौंकड़ा लाई बैठे, जिथे आप जी तीसरे दिन नेत्र खोले। साढ़े जड़े बजुर्ग सन उन्होंने बेनती कीतियाँ, ये भी कहा कि सच्चे पातशाह ये अयोध्या वासी लोग एक बार तो सतयुग में राजा हरिचंद स्वर्ग में लै गया जी, तृतीय युग में श्री रामचंद्र जी 14 कलश पूर्ण विष्णु का अवतार इस नगरी सारी को वैकुंठ में लै गए। तो गुरु नानक जी कह लगे पंडित जी ये तो इत्थे पई वसदी है। तो साहब कह लगे कि तो इत्थे पई वसदी है। पंडित कह लगे महाराज रूहां चली गई ये धरती तो नगरी तो इत्थे ही है। गुरु जी कह लगे पंडित जी जे रूहां चली गई हूँ रूहां नाम जप के सारे संसार दियां वैकुंठां नूं जा सकदियां जिथे चाहूं चलिया जा। महाराज यह जे किहड़ा नाम है सारे संसार दियां रूहां, ना कोई वखरा नहीं है, रब दा ही है। हम बलहारे जावां जेते तेरे नाम। पर एक गल दसो पंडित जी कितने दरिया समुद्र देखिया? कहते हाँ दरिया तो देखिया, उसे किनिया बेड़िया होंगे एक चढ़ी का होंगे। हाँ ठीक, फिर बेड़ी भी हो मिला ना हो पार हो जाओगे? नहीं, उसके मिला भी हो अखा ही ना हो। गुरु नानक जी कहते पंडित जी कर जाओगे? नहीं, अने ने की पार लाने। गुरु जिन्ना की अंधले सिख भी अंधे कर्म करे, वही पाने चले अपने झूठो झूठ बोले। फिर गुरु जी के पंडित जी अखा भी होते हाथ ही ना हो चकू कि मिला जी, फिर भी नहीं तर सकेंगे। हाथ भी हो अखा भी हो शरीर में बल कोई ना हो जिम्मे चिट्टे बदल च पानी नहीं होंगे बेड़ा लै जी। महाराज नहीं, उस वे एक पंडित कहने लगा सच्चे पातशाह आप सब की समझा चाहते हो, साढ़े नहीं समझ में आ रहे। गुरु जी कहने लगे देखो पंडित जी इस तरह है, गुरपुरा पार लंघाए, गुरपुरा चाहिए फिर बेड़ा पार होंदा होंदा है। सो अर्ज की गुरु तेग बहादुर जी ने महाराज असी सारिया ने चरण पाव लई, अयोध्या वासियों ने गुरु नानक जी के सिख बने, हुण आप आए हूँ भी तो बहुत अनुग्रह हैं, आप कृपा करो सानू चरण पाव दे के अपनी चरणी लाओ। बहुत सारे प्रेमी गुरु वाले बन रहे हैं संगतां नवी नवी अयोध्या होम के आईया।